ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਜੱਸੀ ਜਸਰਾਜ। ਬੜੇ ਮਹੀਨਿਆਂ ਬਾਅਦ ਲਾਈਵ ਹੋ ਰਹੇ ਹਾਂ, ਕਿਉਂਕਿ ਐਸਾ ਕੁਛ ਮਨ ਦੀ ਸਥਿਤੀ ਨਹੀਂ ਸੀ ਕਿ ਕੁਛ ਲਾਈਵ ਹੋ ਕੇ ਗੱਲ ਕੀ ਕਰੀਏ। ਗੱਲ ਤਾਂ ਉਹੀ ਚੱਲ ਰਹੀ ਹੈ, ਆਮ ਆਦਮੀ ਪਾਰਟੀ ਪੰਜਾਬ, ਆਮ ਆਦਮੀ ਪਾਰਟੀ ਦਿੱਲੀ, ਦੋ ਤੁਹਾਡਾ ਇੰਝ ਤਾਂ ਹੈਗੀ ਹੈ। ਸੋ ਸਾਥੀਓ, ਜੋ ਅੱਜ ਤੋਂ 2.5 ਸਾਲ ਪਹਿਲਾਂ ਕਿਹਾ ਸੀ ਉਹ ਸਾਰਾ ਕੁਛ ਸੱਚ ਹੁੰਦਾ ਦੇਖ ਕੇ। ਕਈ ਵਾਰੀ ਐਸਾ ਹੁੰਦਾ ਕਿ ਤੁਸੀਂ ਦਰਸ਼ਕ ਬਣ ਕੇ ਦੇਖੋ, ਬਿਕੋਜ਼ ਜਦੋਂ ਤੁਸੀਂ ਖੇਡ ਰਹੇ ਸੀ ਅਤੇ ਕੁੱਲ ਪੰਜਾਬ ਅਤੇ ਸਾਰੇ NRI ਮੈਕਸੀਮਮ ਦਰਸ਼ਕ ਬਣ ਕੇ ਦੇਖਦੇ ਸੀ ਅਤੇ ਜੱਸੀ ਨੂੰ ਬਹੁਤ ਕੁਛ ਕਹਿੰਦੇ ਸੀ। ਹੁਣ ਸਥਿਤੀ ਇਹ ਹੈ ਕਿ ਤੁਸੀਂ ਸਾਰਿਆਂ ਨੂੰ ਖੇਡਦੇ ਹੋਏ, ਬੋਲਦੇ ਹੋਏ, ਉਹੀ ਪ੍ਰਤੀਕਿਰਿਆ ਬਦਲ ਕੇ, ਕਦੀ ਕਿਸੇ ਲੀਡਰ ਦੇ ਮੂੰਹ ਤੋਂ ਸੁਣ ਕੇ, ਕਦੀ ਕਿਸੇ ਲੀਡਰ ਦੇ ਮੂੰਹ ਤੋਂ ਸੁਣ ਕੇ, ਸਾਰੇ ਜਦੋਂ ਵਾਹ ਵਾਹ ਕਰਦੇ ਆ, ਮੈਂ ਕਮੈਂਟਸ ਪੜ੍ਹ ਲੈਂਦਾ ਹੁੰਦਾ, ਲਾਈਵ ਸੁਣ ਵੀ ਲੈਂਦਾ ਹੁੰਦਾ ਵੀ ਕਿਹੜਾ ਲੀਡਰ ਕੀ ਕਹਿ ਰਿਹਾ ਆਮ ਆਦਮੀ ਪਾਰਟੀ ਦਾ, ਚਾਹੇ ਦਿੱਲੀ ਦਾ ਚਾਹੇ ਪੰਜਾਬ ਦਾ। ਅਫਸੋਸ ਵੀ ਹੁੰਦਾ ਕਿਉਂਕਿ ਇੱਥੇ ਚੀਸ ਪੈਂਦੀ ਹੈ ਇਸ ਜਗ੍ਹਾ 'ਤੇ। ਇਹ ਚੀਸ ਉਹਨੂੰ ਪੈਂਦੀ ਹੈ ਜਿਹਨੇ ਮਕਾਨ ਬਣਾਇਆ ਹੋਵੇ, ਜਿਹਨੇ ਮਕਾਨ ਦੇ ਵਿੱਚ ਇੱਟਾਂ ਦੀ ਤਰਾਈ ਕੀਤੀ ਹੋਵੇ, ਆਪਣਾ ਵਕਤ ਲਾਇਆ ਹੋਵੇ। ਕਿਰਾਏਦਾਰਾਂ ਨੂੰ ਉਹ ਕਦੀ ਚੀਸ ਨਹੀਂ ਪੈ ਸਕਦੀ ਜਿਹੜੀ ਮਕਾਨ ਮਾਲਕ ਨੂੰ ਪੈਂਦੀ ਹੈ। ਅਸੀਂ ਮਾਲਕ ਤਾਂ ਨਹੀਂ, ਅਸੀਂ ਤਾਂ ਛੋਟੇ ਜਿਹੇ ਕਰਿੰਦੇ ਹਾਂ ਉਸ ਪਰਮਾਤਮਾ ਵੱਲੋਂ ਲਾਏ ਹੋਏ, ਜਿਨ੍ਹਾਂ ਨੇ ਸਾਡੇ ਪੰਜਾਬ ਦੇ ਯੂਥ ਦੇ, ਕਿਸਾਨੀ ਦੇ, ਪੰਜਾਬ 'ਚ ਪਲਦੇ ਹਰੇਕ ਜੀ ਦੇ, ਇਸ ਦੇਸ਼ ਭਾਰਤ ਦੇ ਹਰੇਕ ਜੀ ਵਾਸਤੇ ਇੱਕ ਜੀ ਜਾਣ ਤੋਂ ਕੋਸ਼ਿਸ਼ ਕੀਤੀ ਸੀ ਕਿ ਯਾਰ ਨਿਜ਼ਾਮ ਬਦਲੇ, ਜਿਹੜੇ ਲੋਕ ਲੁੱਟ ਕੇ ਖਾ ਗਏ ਮੇਰੇ ਦੇਸ਼ ਨੂੰ, ਮੇਰੇ ਪੰਜਾਬ ਨੂੰ, ਉਹਨਾਂ ਤੋਂ ਖਹਿੜਾ ਛੁੱਟੇ ਅਤੇ ਲੋਕਾਂ ਨੂੰ, ਯਾਰ ਜੇ ਲੋਕਾਂ ਨੇ ਸਾਨੂੰ ਪਿਆਰ ਦਿੱਤਾ, ਕਲਾਕਾਰ ਬਣਾਇਆ, ਸਟਾਰ ਜੀ, ਸੁਪਰ ਸਟਾਰ, ਜਿਨ੍ਹਾਂ ਨੇ ਥੋੜ੍ਹੀ ਬਹੁਤੀ ਬਰਕਤ ਸਾਡੇ 'ਤੇ ਵੀ ਕੀਤੀ ਸੀ ਆਪਣੇ ਦੁਆਵਾਂ ਦੀ, ਆਪਣੇ ਪਿਆਰ ਦੀ, ਇੰਨੇ ਲੋਕ ਪਿਆਰ ਕਰਨ ਲੱਗ ਪਏ ਸੀ ਵੀ ਜੱਸੀ ਜਸਰਾਜ, ਵੀ ਕਲਾਕਾਰ ਬਿੱਕਰ ਬਾਈ ਬਈ ਵਧੀਆ ਬੰਦਾ, ਬਈ ਨੈਸ਼ਨਲ ਵਿਲੇਜਰ ਵਧੀਆ ਬੰਦਾ ਬਈ, ਅਤੇ ਉਹਨਾਂ ਦਾ ਮਾਣ ਰਹਿ ਜੇ, ਉਹਨਾਂ ਦੇ ਮਾਣ ਨਾਲ ਮੇਰੇ ਪੰਜਾਬ ਦਾ ਮਾਣ ਰਹਿ ਜੇ। ਆਪਣੇ ਵੱਲੋਂ ਜਿੰਨੀ ਕੋਸ਼ਿਸ਼ ਕੀਤੀ ਹੈ, ਜੀ ਜਾਨ ਤੋਂ ਕੀਤੀ ਹੈ। ਭਗਵੰਤ ਮਾਨ ਨੂੰ ਮੈਂ ਕਿੰਨੀ ਵਾਰੀ ਸੁਣਿਆ ਹੁਣ ਕਈ ਇੰਟਰਵਿਊਜ਼ ਦੇ ਵਿੱਚ, ਕਹਿ ਦਿੰਦਾ ਜੀ ਮੈਂ ਸੁਖਬੀਰ ਬਾਦਲ ਖਿਲਾਫ਼ ਲੜਿਆ ਸੀ, ਸੁਖਬੀਰ ਬਾਦਲ ਖਿਲਾਫ਼ ਮੈਂ ਲੜਿਆ ਸੀ। ਮੈਂ ਕਦੋਂ ਲੜਿਆ ਸੀ? ਜਦੋਂ ਕਾਕਾ ਤੂੰ MP ਬਣ ਗਿਆ, ਫਿਰ ਤੂੰ ਹਿੰਮਤ ਕੀਤੀ ਵੀ ਤੂੰ ਸੁਖਬੀਰ ਬਾਦਲ ਦੇ ਵਿਰੁੱਧ ਲੜਨਾ, ਉਹ ਵੀ ਉਦੋਂ ਜਦੋਂ ਸਾਰੀ ਵੇਵ ਪੰਜਾਬ, ਉਹ ਸਾਰਾ ਅਕਾਲੀਆਂ ਕਾਂਗਰਸੀਆਂ ਤੋਂ ਖਿਲਾਫ਼ ਸੀ ਉਦੋਂ 2017 'ਚ। ਅਸੀਂ 2014 'ਚ ਲੜੇ ਸੀ ਭਗਵੰਤ ਮਾਨ ਸਾਹਿਬ, ਤੁਹਾਡੇ ਮੂੰਹ ਤੋਂ ਜਾਂ ਕਿਸੇ ਹੋਰ ਕਿਸੇ ਲੀਡਰ ਦੇ ਮੂੰਹ ਤੋਂ ਮੈਂ ਕਦੀ ਜੱਸੀ ਜਸਰਾਜ ਦਾ ਨਾਂ ਨਹੀਂ ਸੁਣਿਆ ਵੀ ਇਹਨੇ ਵੀ ਕੋਈ ਯੋਗਦਾਨ ਪਾਇਆ ਸੀ। ਕਿੱਥੋਂ ਨਾਂ ਲਓਂਗੇ? ਪਰ ਤੁਹਾਡੇ ਨਾਂ ਲੈਣ ਨਾਲ ਮੈਨੂੰ ਕੋਈ ਫਰਕ ਵੀ ਨਹੀਂ ਪੈਂਦਾ ਯਾਰ, ਪਰਮਾਤਮਾ ਦੀ ਬੜੀ ਅਪਾਰ ਕਿਰਪਾ ਆ, ਬਹੁਤ ਚੜ੍ਹਦੀ ਕਲਾ ਆ। ਜਿਹੜੀ ਅੱਜ ਗੱਲ ਕਰਨੀ ਹੈ, ਉਹ ਗੱਲ ਕਰਨੀ ਹੈ ਕਿ HS ਫੂਲਕਾ ਸਾਹਿਬ ਦਾ ਸੁਣਿਆ ਕਿ ਉਹਨਾਂ ਨੇ ਪਿਛਲੇ ਅਗਸਤ ਤੋਂ ਹੀ ਸੁਣਦੇ ਆਉਂਦੇ ਵੀ ਅਸਤੀਫਾ ਦੇਣਾ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ, ਅਤੇ ਬਰਗਾੜੀ 'ਚ ਮਾਰੇ ਗਏ ਦੋ ਨਿਹੱਥੇ ਨਿਰਦੋਸ਼ ਸਿੰਘਾਂ ਦੇ ਰੋਸ ਵਜੋਂ ਹੀ ਵਾਂਟਿਡ ਟੂ ਗਿਵ ਹਿਜ਼ ਰੈਜ਼ੀਗਨੇਸ਼ਨ। ਵੈਰੀ ਗੁੱਡ, ਆਈ ਐਪਰੀਸ਼ੀਏਟ ਦੈਟ ਮਿਸਟਰ ਫੂਲਕਾ, ਰੈਜ਼ੀਗਨੇਸ਼ਨ ਦੇਣਾ ਚਾਹੀਦਾ।
ਪਰ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਅਗਰ ਦੇਖੀਏ ਤਾਂ ਉਹ ਹੋ ਗਿਆ ਸੀ 2015 ਦੇ ਵਿੱਚ, 2015 ਤੋਂ 2016, 2016 ਤੋਂ 2017, 2017 ਤੋਂ 2018। ਅਸੀਂ 2018 'ਚ ਅਸਤੀਫਾ ਦੇ ਕੇ ਕੀ ਸਿੱਧ ਕਰਨਾ? ਸਪੋਜ਼ ਕਰੋ ਆਪਾਂ ਸਾਰੇ ਭਰਾ ਹਾਂ, ਸਾਡਾ ਸਾਰਿਆਂ ਦਾ ਇੱਕ ਬਾਪੂ ਹੈ, ਫਾਦਰ ਫਿਗਰ ਹੈ, ਫਾਦਰ ਹੈ, ਉਹਨੂੰ ਕਿਸੇ ਨੇ ਚੌਂਕ ਦੇ ਵਿੱਚ ਫੜ ਲਿਆ, ਚਾਹੇ ਅਸੀਂ ਆਪਸ 'ਚ ਭਰਾ ਲੜੇ ਹੋਏ ਹਾਂ ਸਾਰੇ, ਪਰ ਸਾਡੇ ਪਿਤਾ ਨੂੰ ਕੋਈ ਕੁੱਟਣ ਮਾਰਨ ਲੱਗ ਪਿਆ, ਤਾਂ ਕੀ ਅਸੀਂ ਆਪਣੇ ਵਖਰੇਵੇਂ ਦੇਖਾਂਗੇ? ਕੀ ਅਸੀਂ ਸਹੀ ਮੌਕਾ ਦੇਖਾਂਗੇ ਜਾਂ ਆਪਣੇ ਪਿਓ ਵਾਸਤੇ ਲੜਾਂਗੇ? ਅਸੀਂ ਉਦੋਂ ਹੀ, ਚਾਹੇ ਸਾਡੇ ਆਪਸ 'ਚ ਭਾਈਆਂ 'ਚ ਜਿੰਨੀ ਮਰਜ਼ੀ ਫੁੱਟ ਹੋਵੇ, ਅਸੀਂ ਉੱਠ ਖੜ੍ਹੇ ਹੋਵਾਂਗੇ ਆਪਣੇ ਫਾਦਰ ਵਾਸਤੇ। ਅਸੀਂ ਇਹ ਨਹੀਂ ਦੇਖਾਂਗੇ ਸਾਡੀ ਕਿਹਦੇ ਨਾਲ ਕਿਹਨੂੰ ਕਿੰਨੇ ਕਿੱਲੇ ਮਿਲੇ ਅਤੇ ਕਿਹਦੇ ਨਾਲ ਮੇਰੀ ਕਿੰਨੀ ਲੜਾਈ ਹੈ। ਕੋਈ ਨਹੀਂ ਨਾ, ਸਾਡਾ ਪਿਓ ਸਾਰਿਆਂ ਦਾ ਅਗਰ ਸਾਂਝ ਆਇਆ, ਅਗਰ ਉਹਦੇ 'ਤੇ ਹਮਲਾ ਹੋ ਗਿਆ, ਤਾਂ ਅਸੀਂ ਉਦੋਂ ਹੀ ਯਕਦਮ ਫਸਟ ਰਿਐਕਸ਼ਨ ਸਾਡਾ ਹੋਏਗਾ ਵੀ ਆ ਜਾ ਤੈਨੂੰ ਦੇਖ ਲਾਂਗੇ। ਪਹਿਲਾ ਰਿਐਕਸ਼ਨ ਇਹ ਹੁੰਦਾ। ਸਾਨੂੰ 2018 ਤੱਕ ਵੇਟ ਕਰਨ ਦੀ ਲੋੜ ਨਹੀਂ ਪੈਂਦੀ। 2015 ਤੋਂ ਬਾਅਦ 2016-17 ਤੱਕ ਅਸੀਂ ਇਹ ਵੇਟ ਕਰੀ ਗਏ ਕਿ ਕਦੋਂ ਚੋਣਾਂ ਹੋਣਗੀਆਂ, ਵੋਟਾਂ ਪੈਣਗੀਆਂ, ਸਾਰੇ NRI, ਸਾਰੇ ਪੰਜਾਬੀ, ਸਾਰੇ ਪੂਰੇ ਇਹ ਹਿੰਦੁਸਤਾਨ 'ਚ, ਇੰਡੀਆ 'ਚ ਬੈਠੇ ਹੋਏ ਲੋਕ ਜਦੋਂ ਇੱਕ ਪੰਜਾਬ 'ਚ ਇੱਕ ਆਮ ਆਦਮੀ ਪਾਰਟੀ ਨੂੰ ਜਿਤਾਉਣਾ ਚਾਹੁੰਦੇ ਸੀ, ਅਪਮਾਨ ਤਾਂ ਉਦੋਂ ਵੀ ਹੋ ਚੁੱਕਿਆ ਸੀ। ਅਸੀਂ ਫਿਰ, ਸਾਨੂੰ ਚੋਣਾਂ ਨਹੀਂ ਸੀ ਲੜਨੀਆਂ ਚਾਹੀਦੀਆਂ, ਸਾਨੂੰ ਸਿਰਫ ਉਦੋਂ ਗੁਰੂ ਖਾਤਰ ਲੜਨਾ ਚਾਹੀਦਾ ਸੀ, ਖੜ੍ਹਨਾ ਚਾਹੀਦਾ ਸੀ। ਅੱਜ ਅਸੀਂ ਇੰਨੇ ਟਾਈਮ ਬਾਅਦ ਜਾ ਕੇ ਅਸਤੀਫਾ ਦੇਈਏ, ਫੁਲਕਾ ਸਾਹਿਬ, ਇਟਸ ਨੋਟ ਡਨ, ਇਟਸ ਨੋਟ ਗੁੱਡ, ਇਟਸ ਨੋਟ ਐਟ ਆਲ ਐਪਰੀਸ਼ੀਏਟਿਡ। ਇਹਦੇ ਨਾਲ ਫੁਲਕਾ ਸਾਹਿਬ, ਤੁਸੀਂ ਸਾਡੇ ਨਾਲ ਬਜ਼ੁਰਗ ਹੋ, ਵਿਦ ਆਲ ਡਿਊ ਰਿਸਪੈਕਟ ਟੂ ਯੂ ਐਂਡ ਹੂਜ਼ ਐਵਰ ਇਜ਼ ਐਲਡਰ ਟੂ ਮੀ, ਮੰਨਦੇ ਹਾਂ ਯਾਰ, ਅਸਤੀਫਾ ਜੇ ਦੇਣਾ ਸੀ ਉਦੋਂ ਦੇ ਦਿੰਦੇ ਵੀ ਅਸੀਂ, ਮੈਂ ਸਿਆਸਤ ਤੋਂ ਹੀ ਸੰਨਿਆਸ ਲੈ ਲੂੰਗਾ, ਮੈਂ ਲੜੂੰਗਾ ਹੀ ਨਹੀਂ ਚੋਣ, ਵਾਈ ਵੁੱਡ ਆਈ ਫਾਈਟ? ਇੱਕ ਪਾਸੇ ਪਿਓ ਦੀ ਪੱਗ ਲੱਥੀ ਹੋਵੇ, ਇੱਕ ਪਾਸੇ ਮੈਂ ਵੋਟਾਂ ਲੜਨੀਆਂ ਨੇ, ਇੱਕ ਪਾਸੇ ਮੈਂ ਉੱਥੇ ਜਿੰਦਾਬਾਦ ਜਿੰਦਾਬਾਦ ਕਰਾਉਣੀ ਹੈ ਅਤੇ ਕਰਨੀ ਹੈ, ਇੱਕ ਪਾਸੇ ਅਸੀਂ ਹੁਣ 3 ਸਾਲ ਬਾਅਦ ਜਦੋਂ ਲੋਕਾਂ ਨੇ, ਫੂਲਕਾ ਸਾਹਿਬ, ਤੁਸੀਂ ਇਕੱਲੇ ਨਹੀਂ ਬਣੇ, ਟਰਾਈ ਐਂਡ ਅੰਡਰਸਟੈਂਡ, ਉਹ ਕਈ ਬੰਦਿਆਂ ਦੀ ਮਿਹਨਤ ਲੱਗ ਗਈ ਫੂਲਕਾ ਸਾਹਿਬ, ਕਰੋੜਾਂ ਲੋਕਾਂ ਦਾ ਭਵਿੱਖ ਦਾ ਤੇ ਲੱਗ ਗਿਆ ਤੁਹਾਨੂੰ ਬਣਾਉਣ ਲਈ, ਇੱਕ MLA ਐਵੇਂ ਨਹੀਂ ਬਣ ਜਾਂਦਾ, ਉਹ ਕਿੰਨੇ ਲੋਕਾਂ ਨੇ ਆਪਣੀ ਜਾਨ ਦਾ ਤੇ ਲਾ ਕੇ ਲੜੀ ਹੈ ਲੜਾਈ, ਇਕੱਲੇ ਦਾਖਾਂ ਦਾ ਨਾ ਸੋਚੋ, ਦਾਖਾਂ ਦਾ, ਇਕੱਲੇ ਪੰਜਾਬ ਦਾ ਨਾ ਸੋਚੋ, ਇਹ ਕਿੰਨੇ ਹਜ਼ਾਰਾਂ ਕਰੋੜਾਂ ਲੋਕਾਂ ਦਾ ਇਨਸਾਫ ਲਈ, ਇੱਕ ਪੰਜਾਬ ਨੂੰ ਇੱਕ ਇਨਸਾਫ ਮਿਲ ਜੇ, ਇਨਸਾਨੀਅਤ ਨੂੰ ਇੱਕ ਇਨਸਾਫ ਮਿਲ ਜੇ, ਇਨਸਾਨੀਅਤ ਨੂੰ ਯਾਰ ਇੱਕ ਜੜ ਮਿਲ ਜੇ, ਉਹਦੇ ਲਈ MLA ਬਣਾਏ ਗਏ ਸੀ। ਇਟਸ ਨੋਟ ਲਾਈਕ ਕਿ ਯਾਰ ਤੁਸੀਂ ਐਵੇਂ ਇਕੱਲੇ ਹੀ ਬਣ ਗਏ ਕਿ 84 ਦੇ ਇਨਸਾਫ ਲਈ ਲੜਾਈ ਲੜੀ ਸੀ ਅਤੇ ਤੁਹਾਨੂੰ ਹੁਣ MLA ਬਣਾ ਦਈਏ, ਨਾ। ਕਈ ਲੋਕਾਂ ਨੇ ਆਪਣਾ ਪੈਸਾ ਦਿੱਤਾ ਫੂਲਕਾ ਸਾਹਿਬ, ਲੋਕਾਂ ਨੇ ਆਪਣਾ ਭਵਿੱਖ ਦਾ ਤੇ ਲਾ ਕੇ ਤੁਹਾਨੂੰ MLA ਬਣਾਇਆ। ਯੂ ਡੋਂਟ ਹੈਵ ਐਨੀ ਰਾਈਟ ਟੂ ਅਟਰ ਈਵਨ ਦੈਟ ਆਈ ਐਮ ਗੋਇੰਗ ਟੂ ਗਿਵ ਦਾ ਰੈਜ਼ਿਗਨੇਸ਼ਨ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇੱਕ ਮੋਮਬੱਤੀ ਤੋਂ
ਇੱਕ ਮੋਮਬੱਤੀ ਬਲਦੀ ਚਾਹੀਦੀ ਹੈ ਬਸ। ਹਰ ਵਾਰੀ ਮਾਚਿਸ ਨਹੀਂ ਲਾਉਣੀ, ਉਹ ਤੋਂ ਨਵੀਂ ਮੋਮਬੱਤੀ ਜਲ ਜਾਏਗੀ। ਤੁਸੀਂ ਇਕੱਲੇ ਥੋੜ੍ਹੀ ਨਾ MLA ਬਣ ਗਏ, ਤੁਹਾਨੂੰ ਕਿਉਂ MLAਆਂ ਨੂੰ ਬਹੁਤ ਵੱਡਾ ਭੁਲੇਖਾ ਆ ਕਿ ਤੁਸੀਂ ਖੁਦਾ ਹੋ ਯਾਰ। ਹੂ ਆਰ ਯੂ? ਹੂ ਆਰ ਕੈਨ ਯੂ ਈਵਨ ਡੇਅਰ ਟੂ ਸੇ ਦੈਟ ਯੂ ਆਰ ਗੋਇੰਗ ਟੂ ਗਿਵ ਰੈਜ਼ਿਗਨੇਸ਼ਨ? ਹੈ ਕੌਣ ਤੁਸੀਂ? ਤੁਹਾਨੂੰ ਪਤਾ ਹੈ ਪਿੰਡਾਂ 'ਚੋਂ ਲੋਕੀ ਮਰ ਗਏ ਯਾਰ ਤੁਹਾਨੂੰ MLA ਬਣਾਉਣ ਲਈ। ਤੁਹਾਨੂੰ MLA ਬਣਾਉਣ ਲਈ ਲੋਕਾਂ ਨੇ ਆਪਣੇ ਬੱਚਿਆਂ ਨੂੰ ਰੋਟੀ ਨਹੀਂ ਦਿੱਤੀ ਹੋਣੀ, ਤੁਹਾਡੇ 'ਤੇ ਪੈਸੇ ਲਾ ਦਿੱਤੇ ਕਿ ਜਾਓ ਯਾਰ ਬਣੋ, ਸਾਡੇ ਲਈ ਲੜੋ, ਸਾਡੇ ਪੰਜਾਬ ਲਈ ਲੜੋ। ਉੱਠ ਕੇ ਜਦੋਂ ਜੀ ਕੀਤਾ ਅਸਤੀਫਾ ਦੇ ਦਾਂਗੇ, ਅਸਤੀਫਾ ਦੇ ਦਾਂਗੇ। ਉਹ ਯਾਰ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਤਾਕਤ ਦਿੱਤੀ ਹੈ ਮੁਸੀਬਤ ਤੋਂ ਭੱਜਣਾ ਨਹੀਂ, ਮੁਸੀਬਤ ਨਾਲ ਲੜਨਾ। ਕੁਰਬਾਨੀ ਕਰਨੀ ਸੀ ਤਾਂ ਟਾਈਮ ਕੋਈ ਹੋਰ ਸੀ। ਅੱਜ ਸੀਟ ਲੈ ਕੇ ਅਗਰ ਮੁੱਖ ਮੰਤਰੀ ਬਣਾ ਦਿੰਦੇ ਫੂਲਕਾ ਸਾਹਿਬ, ਮੈਂ ਤੁਹਾਡੇ ਲਈ ਕਿੰਨੀ ਵਾਰੀ ਕਿਹਾ ਕਿ ਫੂਲਕਾ ਸਾਹਿਬ ਇਜ਼ ਦਾ ਫਸਟ ਐਂਡ ਫੋਰਮੋਸਟ ਕੰਟੈਂਡਰ ਫੋਰ ਬੀਇੰਗ ਦਾ ਚੀਫ ਮਿਨਿਸਟਰ ਆਫ ਪੰਜਾਬ। ਆਈ ਸੈਡ ਇਟ। ਮੇਰੇ ਤੋਂ ਭਗਵੰਤ ਮਾਨ ਦੁਖੀ ਹੋ ਗਿਆ ਕਿ ਫੂਲਕੇ ਦਾ ਨਾਂ ਕਿਉਂ ਲੈਂਦਾ, ਬਿਕੋਜ਼ ਯਾਰ ਮੈਂ ਤੁਹਾਡੀ ਚਿੱਟੀ ਦਾੜੀ, ਤੁਹਾਡੇ ਇਨਸਾਨੀਅਤ ਲਈ ਲੜੀ ਲੜਾਈ, ਸਿੱਖੀ ਦੀ ਨਹੀਂ ਨਹੀਂ ਇਨਸਾਨੀਅਤ ਲਈ ਲੜੀ ਲੜਾਈ ਦੀ ਕਦਰ ਕਰਨਾ। ਅਗਰ ਉਦੋਂ ਨਹੀਂ ਡਟ ਕੇ ਭੱਜੇ, ਡਰ ਕੇ ਭੱਜੇ ਤੁਸੀਂ, ਹੁਣ ਕਿਉਂ? ਵਟ ਵਿਲ ਇਟ ਸੋਲਵ, ਵਿਲ ਇਟ ਸੋਲਵ ਦਾ ਪ੍ਰੋਬਲਮ ਕਿ ਫੂਲਕਾ ਸਾਹਿਬ ਨੇ ਅਸਤੀਫਾ ਦੇ ਦਿੱਤਾ? ਫੂਲਕਾ ਸਾਹਿਬ ਦੇਖੋ, ਸਿਆਸਤ ਮੈਨੂੰ, ਮੈਂ ਕਰਦਾ ਨਹੀਂ ਪਰ ਮੈਨੂੰ ਸਮਝ ਸਾਰੀ ਆਉਂਦੀ ਹੈ ਕਿਉਂਕਿ ਮੈਂ ਨੇੜਿਓਂ ਦੇਖਦਾ ਸਭ ਨੂੰ। ਔਰ ਜਦੋਂ ਤੁਸੀਂ ਲਾਲਚ ਦੀ ਐਨਕ ਤਾਰ ਕੇ ਦੇਖਦੇ ਹੋ, ਹਰ ਕੋਈ ਸਪਸ਼ਟ ਦਿਖਦਾ, ਚਾਹੇ ਖਹਿਰਾ ਹੋਵੇ, ਚਾਹੇ ਫੂਲਕਾ ਹੋਵੇ, ਚਾਹੇ ਭਗਵੰਤ ਮਾਨ ਹੋਵੇ, ਚਾਹੇ ਪ੍ਰਕਾਸ਼ ਸਿੰਘ ਬਾਦਲ ਹੋਵੇ ਅਤੇ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਵੇ। ਯੂ ਸੀ ਇਟ ਵਿਦ ਦਾ ਨੇਕਡ ਆਈ, ਵਿਦਆਊਟ ਦਾ ਗਲਾਸਿਸ, ਗੋਗਲਸ ਆਫ ਦੈਟ ਗਰੀਡ ਫੋਰ ਦਾ ਚੇਅਰ। ਇਫ ਯੂ ਰਿਮੂਵ ਦੋਜ਼ ਗੋਗਲਸ, ਯੂ ਕੈਨ ਸੀ ਈਚ ਐਂਡ ਐਵਰੀਥਿੰਗ ਵੈਰੀ ਕ੍ਰਿਸਟਲ ਕਲੀਅਰ, ਐਂਡ ਦੈਟ ਇਜ਼ ਵਾਟ ਆਈ ਐਮ ਵਾਚਿੰਗ। ਮੇਰਾ ਜੀ ਨਹੀਂ ਕਰਦਾ ਮੈਂ ਕਿਸੇ ਯਾਰ ਤੁਹਾਡੇ ਵਰਗੇ, ਜਿਹੜੇ ਜਿਨ੍ਹਾਂ 'ਤੇ ਲੋਕਾਂ ਨੂੰ ਭਰੋਸਾ, ਯਾਰ ਇੱਕ ਕੌਮ ਨੂੰ ਭਰੋਸਾ ਆ, ਉਸ ਕੌਮ ਨੂੰ ਜਿਹਦੇ ਕੋਲ ਗਿਣੇ ਚੁਣੇ ਲੋਕ ਸੱਚੇ ਸੁੱਚੇ ਰਹਿ ਗਏ। ਕੋਈ ਗੁਰਦੁਆਰੇ ਦੀ ਪ੍ਰਧਾਨਗੀ ਪਿੱਛੇ ਲੜ ਰਿਹਾ, ਕੋਈ ਕਿਸੇ ਚੀਜ਼ ਪਿੱਛੇ ਲੜ ਰਿਹਾ ਯਾਰ, ਕੋਈ ਇੱਕ ਦੂਜੇ ਦੀ ਪੱਗ ਲਾ ਕੇ ਬੜਾ ਖੁਸ਼ ਹੈ ਅਤੇ ਛਾਲਾਂ ਮਾਰ ਮਾਰ ਦੱਸਦਾ ਮੈਂ ਪੱਗ ਲਾ ਲਈ। ਜੀ ਨਹੀਂ ਕਰਦਾ ਯਾਰ ਇੱਕ ਸਿੱਖ ਹੋ ਕੇ, ਇੱਕ ਇਨਸਾਨ ਹੋ ਕੇ, ਇੱਕ ਇਨਸਾਨ, ਇੱਕ ਸਰਦਾਰ ਜਿਹਨੂੰ ਲੋਕ ਆਪਣਾ ਆਦਰਸ਼ ਮੰਨਦੇ ਆ, ਜਿਹਨੂੰ ਸੋਚਦੇ ਆ ਵੀ ਇਹ ਇਨਸਾਫ ਲੈ ਕੇ ਦਊਗਾ, ਉਹਦੇ ਖਿਲਾਫ਼ ਇੱਕ ਲਫ਼ਜ਼ ਬੋਲਦੇ ਹੋਏ ਕਲੇਜਾ ਆਉਂਦਾ ਬਾਹਰ। ਬਟ ਕੀ ਕਰੀਏ, ਤਕਲੀਫ਼ ਹੁੰਦੀ ਹੈ, ਬਿਕੋਜ਼ ਕਾਂਟ ਬੇਅਰ ਦੈਟ। ਤੁਸੀਂ ਕੀ ਅਸਤੀਫਾ, ਅਸਤੀਫੇ ਦੀ ਹਰ ਕੋਈ ਧਮਕੀ ਦੇਣ ਲੱਗ ਪੈਂਦਾ। ਮੈਂ ਕੀ ਦੱਸਾਂ ਲੋਕੋ ਤੁਹਾਨੂੰ, ਭਗਵੰਤ ਮਾਨ ਨੂੰ ਮੈਂ ਖੁਦ ਜਾਣਦਾ ਕਿ ਉਹਨੇ ਖੁਦ ਅਸਤੀਫਿਆਂ ਦੀਆਂ ਬੜੀਆਂ ਧਮਕੀਆਂ ਦਿੱਤੀਆਂ ਚੋਣਾਂ ਤੋਂ ਪਹਿਲਾਂ, ਕਦੀ ਆਹ ਅਤੇ ਕਦੀ ਉਹ। ਯਾਰ ਕੀ ਆ, ਤੁਸੀਂ ਕੀ ਬਣਾ ਰੱਖਿਆ ਇਹ? ਅੱਜ ਸਾਨੂੰ ਪੁੱਛ ਕੇ ਦੇਖੋ, ਭਗਵੰਤ ਮਾਨ ਕਹਿ ਦਿੰਦਾ ਖੈਰੇ ਹੋਰੀ ਉਦੋਂ ਆਏ ਪਾਰਟੀ 'ਚ ਜਦੋਂ ਪਾਰਟੀ ਦੀ ਵੇਵ ਚੱਲ ਪਈ ਸੀ। ਭਗਵੰਤ ਮਾਨ, ਅਸੀਂ ਤਾਂ ਤੇਰੇ ਤੋਂ ਪਹਿਲਾਂ ਆ ਗਏ ਸੀ, ਯੂ ਕੇਮ ਆਫਟਰ ਮੀ ਇਨ ਦਾ ਆਮ ਆਦਮੀ ਪਾਰਟੀ, ਯੂ ਚੋਸ ਦਾ ਸੀਟ ਵਿੱਚ ਯੂ ਲਾਈਕਡ, ਵੇਅਰ ਦਾ ਵਿਨ ਵਾਸ 100% ਇਨ ਯੋਰ ਫੇਵਰ ਇਨ 2014। 2014 'ਚ ਤੇਰੇ ਹੱਕ 'ਚ ਇੱਕ ਵੇਵ, ਆਮ ਆਦਮੀ ਪਾਰਟੀ ਦੇ ਹੱਕ 'ਚ ਇੱਕ ਵੇਵ ਸੀ, ਤੁਸੀਂ ਉਦੋਂ ਗੱਡੀ ਚੜ੍ਹ ਗਏ ਸੀ ਭਗਵੰਤ ਮਾਨ ਸਾਹਿਬ।
ਅਸੀਂ ਤੁਹਾਡੇ ਤੋਂ ਪਹਿਲਾਂ ਆ ਗਏ ਸੀ, ਤੁਸੀਂ ਸੀਟ ਲੈ ਕੇ ਆਏ ਸੀ, ਅਸੀਂ ਸੀਟ ਨੂੰ ਕਿਤੇ ਪੁੱਛਿਆ ਹੀ ਨਹੀਂ ਸੀ ਕੇਜਰੀਵਾਲ ਨੂੰ, ਐਂਡ 'ਚ ਸੀਟ ਦਿੱਤੀ ਸੀ ਬਠਿੰਡੇ ਦੀ, ਉਹ ਵੀ ਫਿਰ ਵੀ ਲੜੇ ਆ ਨਾ ਯਾਰ। ਭਗਵੰਤ ਮਾਨ ਕਿੱਥੇ ਹੈ, ਕਿੱਥੇ ਸੱਚਾਈ ਹੈ? ਹਲੇ ਵੀ ਯਾਰ ਇੰਨਾ ਮਾੜਾ ਹਾਲਾਤ 'ਚ ਆ ਗਿਆ, ਅੱਜ ਸਾਨੂੰ ਦੁੱਖ ਹੁੰਦਾ। ਉਹਨਾਂ ਜਿਹੜੇ ਵਿਚਾਰੇ ਪੁਰਾਣੇ ਵਲੰਟੀਅਰ ਜੁੜੇ ਸੀ ਨਾ, ਜਿਨ੍ਹਾਂ ਦਾ ਬਹੁਤ ਕੁਝ ਦਾਅ 'ਤੇ ਲੱਗ ਗਿਆ, ਮਰੇ ਤਾਂ ਉਹ ਨੇ ਜਿਨ੍ਹਾਂ ਨੂੰ ਬੈਠੇ ਬਿਠਾਏ ਜਦੋਂ ਵੇਵ ਚੱਲ ਪਈ, ਗੱਡੀ ਭੱਜੀ ਜਾ ਰਹੀ ਸੀ, ਜਿਹੜੇ ਭੱਜ ਭੱਜ ਕੇ ਬਾਰੀਆਂ ਥਾਣੀ ਪੈਸੇ ਦੇ ਦੇ ਚੜ੍ਹੇ ਨੇ, ਜਾਂ ਆਪਣੇ ਮਤਲਬ ਲਈ ਲੋਕਾਂ ਦੇ ਅੱਗੇ ਇਹ ਡਰਾਮਾ ਕਰਕੇ ਕਿ ਦੇਖੋ ਜੀ ਮੈਂ ਆ ਗਿਆ, ਮੇਰੇ ਆਉਣ ਨਾਲ ਮੈਂ ਬਹੁਤ ਵਧੀਆ ਬੁਲਾਰਾ, ਮੈਂ ਪਲਾਣਾ, ਮੈਂ ਇਹ ਅਤੇ ਮੈਂ ਉਹ। ਯੂ ਕੇਮ ਇਨ ਦੋਜ਼ ਡੇਜ਼ ਵੈਨ ਦਾ ਟ੍ਰੇਨ ਵਾਜ਼ ਰਨਿੰਗ। ਉਹ ਬੰਦੇ ਕਿੱਥੇ ਨੇ ਜਿਨ੍ਹਾਂ ਨੇ ਕੋਲਾ ਪਾਇਆ ਸ਼ੁਰੂ 'ਚ, ਜਦੋਂ ਇਹ ਮਾਲ ਗੱਡੀ ਸੀ, ਇਲੈਕਟ੍ਰਿਕ ਇੰਜਨ ਨਾਲ ਨਹੀਂ, ਇਹਦੇ 'ਚ ਕੋਲਾ ਪਾਉਣਾ ਪੈਂਦਾ ਸੀ ਮਿਹਨਤ ਦਾ, ਆਪਣੇ ਕੈਰੀਅਰ ਦਾ। ਉਹ ਲੋਕ ਕਿੱਥੇ ਨੇ, ਉਹ ਵਲੰਟੀਅਰ ਕਿੱਥੇ ਨੇ? ਝੁਲਸ ਗਏ ਯਾਰ ਉਹ। ਜਿਹਦਾ ਜੀ ਕਰਦਾ ਯਾਰ ਆਪਣੀ ਆਪਣੀ ਡੁਗਡੁਗੀ ਵਜਾਈ ਜਾ ਰਹੇ ਹੋ, ਮੇਰੇ ਪੰਜਾਬ ਦਾ ਸੋਚ ਲਓ। ਫੂਲਕਾ ਸਾਹਿਬ ਬਹੁਤ ਵੱਡੀ ਗੱਲ ਕਹਿਣ ਜਾ ਰਿਹਾ, ਲੋਕੋ ਸਿਰਫ ਉਰੇ ਨਾ ਲਾਈਕ ਨਾ ਕਰੀ ਜਾਓ, ਅੰਗੂਠਾ ਦੱਬੀ ਜਾਇਓ, ਕਮੈਂਟ ਜੱਸੀ ਜਸਰਾਜ ਜਿੰਦਾਬਾਦ, ਵਧੀਆ ਬੰਦਾ ਬਈ, ਬੜਾ ਘੈਂਟ ਬੋਲਦਾ, ਬੜਾ ਸੱਚ ਬੋਲਦਾ। ਉਹ ਸੱਚ ਦੀ ਮੈਂ ਅੱਗ ਲਾਉਣੀ ਹੈ ਜੇ ਤੁਸੀਂ ਅੱਗੇ ਸੱਚ ਸ਼ੇਅਰ ਹੀ ਨਹੀਂ ਕਰਨਾ। ਫਸਟ ਆਫ ਆਲ ਇੱਕ ਅੰਗੂਠਾ ਹੀ ਤਾਂ ਲੱਗਦਾ, ਲਾਈਕ ਨਾਲੋਂ ਸ਼ੇਅਰ ਕਰੋ, ਸ਼ਾਇਦ ਕੋਈ ਮੈਨੂੰ ਦੋ ਗਾਲਾਂ ਕੱਢ ਲਊ ਪਰ ਸੱਚ ਸੁਣ ਤਾਂ ਲਵੇ। ਜਦੋਂ ਅਸੀਂ ਬੋਲਦੇ ਹਾਂ ਨਾ, ਅਕਾਲੀ ਕਾਂਗਰਸੀ ਵੀ ਸੁਣਦੇ ਹੋਣਗੇ, ਦੂਰ ਦੁਰਾਡੇ ਸ਼ਾਇਦ ਕਿਸੇ ਦਾ ਜ਼ਮੀਰ ਜਾਗ ਰਿਹਾ ਹੋਵੇ। ਆਈ ਪਲੇ ਔਨ 1% ਚਾਂਸਿਸ ਆਫ ਪੋਜ਼ਿਟਿਵਿਟੀ। ਮੈਂ ਨਹੀਂ ਖੇਡਦਾ ਕਿ ਮੈਨੂੰ 100 ਬੰਦੇ ਸੁਣਨਗੇ ਅਤੇ 100 ਇੱਥੇ ਕਹਿਣਗੇ ਵਾਹ ਵੀ ਵਾਹ, ਬੱਲੇ ਵੀ ਬੱਲੇ, ਜਸਵੀ ਜਸਰਾਜ ਜਿੰਦਾਬਾਦ, ਬੱਲੇ ਬੱਲੇ ਬਿਕਰ ਬਾਈ। ਨੋ ਨੋ, ਆਈ ਡੋਂਟ ਪਲੇ ਫੋਰ ਦੋਸ ਕਿ ਜਿਹੜੇ ਮੇਰੀ ਬੱਲੇ ਬੱਲੇ ਕਰੀ ਜਾਣ ਇੱਥੇ। ਆਈ ਡੋਂਟ ਵਾਂਟ ਦੈਟ। ਅੱਜ ਮੁੱਦਾ ਕੀ ਹੈ? ਫੁਲਕਾ ਸਾਹਿਬ, ਮੇਰੀ ਵੀਡੀਓ ਤੁਹਾਡੇ ਤੱਕ ਆਏਗੀ, ਉਹੀ ਜੱਸੀ ਜਸਰਾਜ ਜਿਹੜਾ ਤੇਜ਼ਾਬ 1984 2009 ਤੋਂ 2012 ਤੱਕ ਤੁਹਾਡੇ ਨਾਲ ਸੀ। ਆਈ ਨੋ ਯੂ ਇਨਸਾਈਡ ਆਊਟ, ਯੂ ਨੋ ਮੀ। ਇਨ ਦੋਜ਼ ਡੇਜ਼ ਆਈ ਸਟੂਡ ਫੋਰ ਵਾਟ ਇਜ਼ ਰਾਈਟ, ਐਂਡ ਦੀਸ ਡੇਜ਼ ਟਿਲ ਨਾਓ ਆਈ ਐਮ ਸਟੈਂਡਿੰਗ ਫੋਰ ਵਾਟ ਇਜ਼ ਰਾਈਟ ਐਂਡ ਵਾਟ ਇਜ਼ ਟਰੁੱਥ। ਸੋ ਆਈ ਰਿਕੁਐਸਟ ਯੂ ਕਿ ਰੈਜ਼ਿਗਨੇਸ਼ਨ ਤਾਂ ਸੋਚੋ ਵੀ ਨਾ, ਇਹ ਤੁਹਾਡੇ ਹੱਕ 'ਚ ਹੀ ਹੈ ਨਹੀਂ। ਇਹ 4 ਦਿਨ ਲੋਕਾਂ ਨੇ ਵਾਹ ਵਾਹ ਕਰਨੀ ਹੈ, ਪਰ ਇਹਦੇ ਪਿੱਛੇ ਕਿਤੇ ਮਨਸ਼ਾ ਹੋਈ ਨਾ ਤੁਹਾਡੀ ਕਿ MLA ਹੋਇਆ ਸਿਰਫ ਦਾਖਾ ਦਾ, ਛੋਟਾ ਜਿਹਾ ਏਰੀਆ ਦਾਖਾ, ਇੱਕ ਛੋਟੀ ਜਿਹੀ ਵਿਧਾਨ ਸਭਾ, ਇੱਕ ਛੋਟੇ ਜਿਹੇ ਪੰਜਾਬ 'ਚੋਂ ਛੋਟੀ ਜਿਹੀ ਵਿਧਾਨ ਸਭਾ ਦਾਖਾ। ਇਹਦਾ ਅਸਤੀਫਾ ਦੇ ਕੇ ਇੱਕ ਬਹੁਤ ਵੱਡੀ ਕੌਮ, ਸਿੱਖ ਕੌਮ, ਪੂਰੀ ਦੁਨੀਆ 'ਚ ਵਸਦੀ ਸਿੱਖ ਕੌਮ ਦਾ ਮੈਂ ਸ਼ਹੀਦ ਲੀਡਰ ਬਣ ਜੂੰਗਾ। ਇਫ ਦੈਟ ਇਜ਼ ਦਾ ਕੇਸ, ਦੈਟ ਇਜ਼ ਰੋਂਗ। ਆਈ ਸਟ੍ਰਿਕਟਲੀ ਕੰਡੈਮ ਦੈਟ। ਦੈਟ ਵਿਲ ਨਾਟ ਗੋ ਇਨ ਯੋਰ ਫੇਵਰ ਇਨ ਦਾ ਕਮਿੰਗ ਡੇਜ਼, ਇਨ ਦਾ ਕਮਿੰਗ ਈਅਰਸ। ਮਾਈ ਪ੍ਰੀਡਿਕਸ਼ਨਸ ਨੈਵਰ ਗੋ ਰੋਂਗ। ਪੀਪਲ ਸੇ ਕਲਾਕਾਰਾਂ ਨੂੰ ਸਿਆਸਤ ਨਹੀਂ ਆਉਂਦੀ, ਪਰ ਜੇ ਕਲਾਕਾਰ ਵਾਕਈ ਪਰਮਾਤਮਾ ਦੀ ਮਿਹਰ ਨਾਲ ਚੱਲਦਾ ਹੋਵੇ ਨਾ, ਤਾਂ ਬੜੇ ਬੜੇ ਸਿਆਸਤੀ ਸਿੱਟ ਲੈਂਦਾ। ਤੁਹਾਡੀ ਸਿਆਸਤ ਤੋਂ 2.5 ਸਾਲ ਅੱਗੇ ਚੱਲ ਰਹੇ ਹਾਂ, ਚਾਹੇ ਖਹਿਰਾ ਸਾਹਿਬ, ਚਾਹੇ ਕੋਈ ਹੋਰ ਹੋਣ, ਉਦੋਂ ਬੋਲੇ ਜਦੋਂ ਸੀਟਾਂ ਗਈਆਂ। ਜੱਸੀ ਜਸਰਾਜ ਉਦੋਂ ਬੋਲਿਆ ਜਦੋਂ ਸੀਟ ਮਿਲ ਸਕਦੀ ਸੀ, ਬਟ ਸੀਟ ਵਾਜ਼ ਨਾਟ ਇੰਪੋਰਟੈਂਟ, ਮਾਈ ਪੀਪਲ ਮਾਈ ਪੰਜਾਬ ਵਾਜ਼ ਇੰਪੋਰਟੈਂਟ।
So till now, that feeling still up to some level is inside me. So, aap sabnu benti hai ke dosto, Phulka sahab nu hale vi keh do na karo. Ede ch labhna kuch nahi, fayda nahi hona. Phulka sahab nuksan hoyega ede ch. ਹੁਣ ਲੋਕ ਜਾਗਰੂਕ ਨੇ, ਹੁਣ ਲੋਕ ਪੱਤਰਕਾਰਾਂ ਤੋਂ ਜ਼ਿਆਦਾ ਸਿਆਣੇ ਪੱਤਰਕਾਰ, ਕਈ ਕੁਛ ਇੱਕ ਪੱਤਰਕਾਰਾਂ ਨਾਲੋਂ ਜ਼ਿਆਦਾ ਸਿਆਣੇ ਪੱਤਰਕਾਰ ਲੋਕ ਨੇ. ਦੇ ਅੰਡਰਸਟੈਂਡ ਈਚ ਐਂਡ ਐਵਰੀ ਡਿਸੀਜਨ. ਸੋ ਮਿਸਟਰ ਫੂਲਕਾ, ਇੱਕ ਪੂਰੀ ਸਿੱਖ ਕੌਮ ਦਾ ਚਿਹਰਾ ਬਣਨ ਲਈ ਤੁਸੀਂ ਸੀਗੇ ਪਰ ਥੋੜ੍ਹੇ ਡਾਊਟਡ ਹੋ ਗਏ. ਹੁਣ ਦੁਬਾਰਾ ਉਸ ਇਮੇਜ ਨੂੰ ਰਿਵਾਈਵ ਕਰਨ ਲਈ, ਇਫ ਯੂ ਥਿੰਕ ਕਿ ਰੈਜ਼ਿਗਨੇਸ਼ਨ ਦੇ ਕੇ ਇੱਕ ਛੋਟੇ ਜਿਹੇ MLA ਤੋਂ ਉੱਠ ਕੇ ਇੱਕ ਪੂਰੀ ਸਿੱਖ ਕੌਮ ਦਾ ਲੀਡਰ ਬਣ ਜਾਂ, ਅਤੇ MLA ਤਾਂ ਕੱਲ੍ਹ ਨੂੰ ਮੈਂ ਫਿਰ ਬਣ ਜਾਊਂਗਾ ਜਾਂ MP ਤਾਂ ਦੁਬਾਰਾ ਫਿਰ ਬਣ ਜਾਊਂਗਾ. ਦੈਟ ਵਿਲ ਬੀ ਰੋਂਗ ਬਿਕੋਜ਼ ਮੈਨੀ ਪੀਪਲ ਸੈਕਰੀਫਾਈਸਡ, ਕਈ ਬੰਦਿਆਂ ਨੇ ਕੁਰਬਾਨੀਆਂ ਕੀਤੀਆਂ ਨੇ ਇਹ 2017 'ਚ ਇੱਕ ਇੱਕ MLA ਬਣਾਉਣ ਲਈ. ਇੱਕ ਇੱਕ MLA ਇਹ ਨਹੀਂ ਬਣ ਗਿਆ, ਕਈ MLA ਕਈ ਕੀ ਛੱਡੋ. ਹੁਣ ਮੈਂ ਕਹਿੰਦੇ ਆ ਨਾ ਵੀ ਤਕਲੀਫ ਹੋਊਗੀ ਕਈਆਂ ਨੂੰ, ਜੋ ਸੱਚ ਹੈ ਲੋਕੋ, ਮੈਂ ਅੱਧਾ ਸੱਚ ਤਾਂ ਜੋ ਅੱਜ ਵੀ ਜੱਸੀ ਨਾਲ ਹੋ ਰਿਹਾ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ. ਜੱਸੀ ਨਾਲ ਕੀ, ਮੇਰੇ ਨਾਲ ਕੋਈ ਕੀ ਮਾੜਾ ਕਰ ਲੂਗਾ ਯਾਰ. ਪਰ ਜੋ ਸੌੜੀ ਰਾਜਨੀਤੀ, ਜੋ ਗੰਦੀ ਖੇਡ ਅੱਜ ਵੀ ਜਿਹੜੇ ਕੋਈ ਬਹੁਤ ਇਮਾਨਦਾਰ ਬਣਦੇ ਨੇ ਉਹ ਖੇਡ ਰਹੇ ਨੇ, ਉਹ ਜ਼ਿਆਦਾ ਦੇਰ ਨਹੀਂ ਚੱਲੇਗੀ. ਸੋ ਆਈ ਰਿਕੁਐਸਟ ਯੂ ਆਲ ਕਿ ਫਿਲਹਾਲ ਦੀ ਘੜੀ ਇਸ ਟਾਈਮ ਇੱਕ ਬਲੰਡਰ ਹੋਣ ਤੋਂ ਰੋਕ ਲਓ, ਕਿ ਫੂਲਕਾ ਸਾਹਿਬ ਨੂੰ ਇੱਕ ਬਜਰ ਗੁਨਾਹ ਕਰਨ ਤੋਂ ਰੋਕ ਲਓ, ਕਿ ਹੀ ਸ਼ੁਡਨਟ ਗੋ ਫੋਰ ਦਾ ਰੈਜ਼ਿਗਨੇਸ਼ਨ, ਇਟਸ ਨੋਟ ਐਟ ਆਲ ਐਪਰੀਸ਼ੀਏਟਡ. ਉਹ ਉਹਨਾਂ ਦੇ ਹੱਕ 'ਚ ਵੀ ਨਹੀਂ ਜਾਣਾ, ਠੀਕ ਹੈ, ਉਹਨਾਂ ਦੇ ਆਸਰੇ ਕੌਮ ਦੇ ਕਈ ਬੰਦੇ, ਕਿਉਂਕਿ ਲਾਈਵ ਤਾਂ ਸਾਰੇ ਬੰਦੇ ਤਾਂ ਵਿਚਾਰੇ ਇਸ ਟਾਈਮ ਬੈਠੇ ਨਹੀਂ ਹੋਣੇ ਸਾਰੇ ਦੇਸ਼ਾਂ 'ਚ ਕਿ ਜੱਸੀ ਜਸਰਾਜ ਨੂੰ ਸੁਣ ਲੈਣ, ਕਿਉਂਕਿ ਤੁਹਾਡੇ 'ਚੋਂ ਕਈਆਂ ਨੇ ਤਾਂ ਸ਼ੇਅਰ ਨਹੀਂ ਕਰਨਾ. ਕਈਆਂ ਨੇ ਕਹਿਣਾ ਹਾਂ ਹਾਂ ਬੋਲਦਾ ਰਹਿੰਦਾ, ਉਹ ਸੁਣਿਆ ਸੀ, ਉਹਦਾ ਕੰਮ ਹੀ ਇਹੀ ਹੈ, ਬਸ ਉਹ ਦੰਦਾਂ 'ਚੋਂ ਕੱਢ ਕੇ ਰੋਟੀ ਜੀ ਕਹਿਣਾ, ਆਹ ਠੀਕ ਹੈ, ਐਵੇਂ ਹੀ ਬਸ. ਕਈ ਹੋਣਗੇ ਜਿਹੜੇ ਇਸ ਗੱਲ ਨੂੰ ਸਮਝਣਗੇ. ਸਾਡੀ ਰਿਸਪੋਂਸੀਬਿਲਿਟੀ ਹੈ ਯਾਰ, ਵੀ ਆਲ ਆਰ ਰਿਸਪੋਂਸੀਬਲ. ਸਾਡੇ ਆਲੇ ਦੁਆਲੇ ਉਹੀ ਹੁੰਦਾ ਜੋ ਅਸੀਂ ਚਾਹੁੰਦੇ ਨਾ ਚਾਹੁੰਦੇ ਹੋਏ ਵੀ ਬਰਦਾਸ਼ਤ ਕਰੀ ਜਾਂਦੇ. ਕਈ ਵਾਰੀ ਗਲਤ ਹੋ ਰਿਹਾ ਹੁੰਦਾ, ਅਸੀਂ ਚੁੱਪ ਰਹਿੰਦੇ ਹਾਂ, ਉਹ ਹੋ ਹੀ ਜਾਂਦਾ ਫਿਰ. ਸੋ ਇਹ ਵੀ ਇੱਕ ਬਲੰਡਰ ਡਿਸੀਜਨ ਹੈ ਪੰਜਾਬ ਦੀ ਰਾਜਨੀਤੀ 'ਚ, ਰਾਜਨੀਤੀ ਦੇ ਵਿੱਚ, ਪੰਜਾਬ ਅਤੇ ਸਾਡੇ ਆਉਣ ਵਾਲੇ ਬੱਚਿਆਂ ਦੇ ਭਵਿੱਖ ਦੇ ਵਿੱਚ. ਇਹ ਚੀਜ਼ ਦਾ ਫੂਲਕਾ ਸਾਹਿਬ ਕੋਈ ਫਾਇਦਾ ਨਹੀਂ ਕਰਕੇ ਜਾਣਗੇ, ਸਗੋਂ ਅਗਰ ਰੱਬ ਨਾ ਕਰੇ ਜਿਹੜੇ ਮੇਰੇ ਅੰਦੇਸ਼ੇ ਨੇ ਉਹ ਗਲਤ ਹੋਣ ਮੈਂ ਚਾਹੁੰਦਾ, ਪਰ ਜੇ ਕਿਤੇ ਸਹੀ ਨਿਕਲ ਗਏ ਤਾਂ ਇੱਕ ਬਹੁਤ, ਜਿਹਨੂੰ ਕਹਿੰਦੇ ਆ ਜਿਹੜੇ ਬੰਦੇ ਨੇ 32 ਸਾਲ 'ਚ ਇੱਕ ਇੱਜ਼ਤ ਕਮਾਈ ਹੈ HS ਫੂਲਕਾ ਨੇ, ਉਹ ਇੱਜ਼ਤ ਦਾਅ 'ਤੇ ਲੱਗ ਜੂਗੀ. ਦੋਸਤੋ, ਇਹ ਰਾਜਨੀਤੀ ਆਪਾਂ ਕਹਿੰਦੇ ਨਾ ਗੰਦੀ ਹੈ, ਬੜੀ ਕੁੱਤੀ ਚੀਜ਼ ਹੈ. ਮੈਂ ਕਈਆਂ ਦੇ ਸਟੇਟਸ ਪੜ੍ਹ ਰਿਹਾ ਸੀ, ਇਹ ਕਿਹੜਾ ਨਵੀਂ ਗੱਲ ਹੈ, ਇਹ ਤਾਂ ਹੁੰਦੀ ਰਹਿਣੀ ਹੈ. ਅੱਜ ਤੋਂ 20 ਸਾਲ 200 ਸਾਲ ਬਾਅਦ ਵੀ ਦਿਸ ਵਿਲ ਰਿਮੇਨ ਲਾਈਕ ਦ ਸੇਮ ਟਿਲ ਵੀ ਪੀਪਲ ਹੂ ਆਰ ਅਵੇਅਰ ਆਫ ਦ ਟਰੁੱਥ, ਟਿਲ ਵੀ ਡੋਂਟ ਸਰਕੂਲੇਟ ਦ ਟਰੁੱਥ ਐਂਡ ਟਿਲ ਵੀ ਸਟੈਂਡ ਬਾਏ ਦ ਟਰੁੱਥ. ਡੋਂਟ ਐਵਰ ਐਕਸਪੈਕਟ ਕੋਈ ਹੋਰ ਆ ਕੇ ਮੇਰੇ ਬੱਚੇ ਬਚਾਊਗਾ,
ਕੋਈ ਹੋਰ ਮੇਰੇ ਲਈ ਲੜੂਗਾ, ਕਰਨਾ ਤਾਂ ਆਪ ਪੈਣਾ। ਸੋ ਫਿਲਹਾਲ ਦੀ ਘੜੀ ਆਪਣੇ ਪੰਜਾਬ ਲਈ ਇੰਨਾ ਕੁ ਕਰ ਲਿਓ ਦੋਸਤੋ, ਇਹਨੂੰ ਰੋਕ ਲਓ ਬਜ਼ੁਰਗ ਆਦਮੀ ਨੂੰ, ਇਹ ਵਿਚਾਰਾ ਭੋਲਾ ਆ। ਕਈ ਵਾਰੀ ਹੁੰਦਾ ਨਾ, ਜਿਹੜੇ ਜਵਾਕ ਹੁੰਦੇ ਆ ਉਹ ਆਪਣੇ ਬਜ਼ੁਰਗਾਂ ਨੂੰ ਵੀ ਸਮਝਾਉਂਦੇ ਆ। ਸੋ ਮੇਰੇ ਬਜ਼ੁਰਗ ਨੇ ਫੂਲਕਾ ਸਾਹਿਬ, ਬਟ ਫੂਲਕਾ ਸਾਹਿਬ ਡੋਂਟ ਡੂ ਦਿਸ, ਡੋਂਟ ਡੂ ਦਿਸ, ਇਹਦੇ 'ਚੋਂ ਕੋਈ ਸ਼ਹੀਦੀ ਨਹੀਂ ਮਿਲਣੀ, ਇਹਦੇ 'ਚੋਂ ਨੁਕਸਾਨ ਹੋਣਾ। ਕਿਉਂਕਿ ਮੈਨੂੰ ਭਵਿੱਖ ਦਿਖ ਰਿਹਾ ਕਿ ਇਟ ਵਿਲ ਗੋ ਅਗੇਂਸਟ ਯੂ। ਕੁਛ ਦਿਨ ਲਈ ਲੋਕ ਬੱਲੇ ਬੱਲੇ ਕਰ ਦੇਣਗੇ, ਕੁਛ ਦਿਨ ਲਈ ਚਾਰ ਬੰਦੇ ਤੁਹਾਨੂੰ ਨਾ, ਹੋ ਸਕਦਾ ਤੁਹਾਡੇ ਪੇਜ 'ਤੇ ਆ ਕੇ, ਹੋ ਸਕਦਾ ਉਹ ਅਕਾਲੀਆਂ ਦੇ ਬੰਦੇ ਹੋਣ ਜਿਹੜੇ ਕਹਿਣ ਫੂਲਕਾ ਸਾਹਿਬ ਨੂੰ ਬਸ ਪੰਪ ਦੇਈ ਰੱਖੋ ਕਮੈਂਟਾਂ 'ਚ। ਹੋ ਸਕਦਾ ਕੋਈ ਤੁਹਾਨੂੰ ਪ੍ਰਕਾਸ਼ ਸਿੰਘ ਬਾਦਲ ਜਾਂ ਹੋਰ ਇੱਧਰ ਉੱਧਰੋਂ ਕੋਈ ਬੰਦੇ ਫੋਨ 'ਤੇ ਫੋਨ ਕਰਵਾਉਂਦੇ ਹੋਣ ਕਿ ਫੂਲਕਾ ਸਾਹਿਬ ਬਹੁਤ ਵਧੀਆ ਡਿਸੀਜਨ ਕਰ ਰਹੇ ਹੋ, ਕੌਮ ਯਾਦ ਰੱਖੇਗੀ ਤੁਹਾਡੀ ਇਸ ਕੁਰਬਾਨੀ ਨੂੰ, ਤੁਸੀਂ ਤੁਹਾਡੇ ਵਰਗਾ ਮਹਾਨ ਬੰਦਾ ਕੋਈ ਨਹੀਂ, ਕਿਹਨੇ ਅੱਜ ਤੱਕ MLA ਦੀ ਸੀਟ ਛੱਡੀ ਹੈ, ਤੁਸੀਂ ਇੱਕ ਬੁਲੰਦ ਆਵਾਜ਼ ਉੱਭਰੋਂਗੇ। ਕੱਲ੍ਹ ਨੂੰ SGPC ਦੀਆਂ ਇਲੈਕਸ਼ਨਸ ਹੋਣਗੀਆਂ, ਉਹਨਾਂ SGPC ਦੀਆਂ ਇਲੈਕਸ਼ਨਾਂ 'ਚ ਜਦੋਂ ਤੁਸੀਂ ਭਾਸ਼ਣ ਦੇਣ ਜਾਓਗੇ ਕਿ ਮੈਂ ਆਪਣੇ ਭਾਸ਼ਣ 'ਚ ਕਿਆ ਕਰੋਗੇ, ਮੈਂ ਛੱਡਤੀ ਸੀ MLA ਦੀ ਸੀਟ। ਕੀ ਹੁੰਦੀ ਹੈ MLA ਦੀ ਸੀਟ? ਮੇਰੇ ਗੁਰੂ ਤੋਂ ਵੱਡੀ ਨਹੀਂ ਹੁੰਦੀ MLA ਦੀ ਸੀਟ, ਇਹੋ ਜਿਹੇ ਕੁਛ ਇੱਕ ਲਫ਼ਜ਼ ਹੋ ਸਕਦਾ ਤੁਸੀਂ ਵਰਤੋਂ ਕਰ ਲਓ, ਬਟ ਦੈਟ ਵਿਲ ਗੋ ਅਗੇਂਸਟ ਯੂ। ਵੀ ਆਲ ਰਿਸਪੈਕਟ ਦ ਓਨੈਸਟ ਵਰਕ whosoever ਹੈਵ ਡਿਡ whosoever ਹੈਵ ਡਨ ਫੋਰ ਦ ਕਮਿਊਨਿਟੀ, ਫੋਰ ਹਿਊਮੈਨਿਟੀ, ਵੀ ਸਿੰਸੀਅਰਲੀ ਐਪਰੀਸ਼ੀਏਟ ਦੈਟ। ਸੋ ਚੜ੍ਹਦੀ ਕਲਾ 'ਚ ਰਹੋ ਦੋਸਤੋ, ਕੋਸ਼ਿਸ਼ ਕਰਿਆ ਕਰੂੰਗਾ ਵੀ ਲਾਈਵ ਹੁੰਦਾ ਰਹਾਂ। ਮੈਨੂੰ ਪਤਾ ਤੁਹਾਡੇ ਇੰਨੇ ਕਮੈਂਟਸ ਆਉਂਦੇ ਆ ਕਿ ਜੱਸੀ ਲਾਈਵ ਹੋਇਆ ਕਰ, ਬਾਈ ਬੋਲਿਆ ਕਰ, ਬਾਈ ਤੈਨੂੰ ਸੁਣਨਾ ਚਾਹੁੰਦੇ ਹਾਂ। ਸੋ ਕੋਸ਼ਿਸ਼ ਕਰੂੰਗਾ ਬਾਈ, ਕੁਛ ਤਾਣੇ ਬਾਣੇ ਉਲਝੇ ਹੋਏ ਨੇ, ਸੋ ਮੇ ਬੀ ਕੱਲ੍ਹ ਤੱਕ ਮੈਂ ਦੁਬਾਰਾ ਲਾਈਵ ਹੋਊਂਗਾ। ਆਈ ਐਮ ਇਨ ਕੈਨੇਡਾ ਰਾਈਟ ਨਾਓ, ਸਵਾ ਸਾਲ ਬਾਅਦ ਆਪਣੀ ਵਾਈਫ ਨੂੰ, ਆਪਣੇ ਬੱਚੇ ਨੂੰ, ਇੱਕ ਨੂੰ ਮਿਲਿਆ, ਇੱਕ ਹਾਲੇ ਇੰਡੀਆ 'ਚ ਹੀ ਹੈ, ਅਤੇ ਥੋੜ੍ਹਾ ਰੋਜ਼ੀ ਰੋਟੀ ਦਾ ਜੁਗਾੜ ਕਰ ਲਈਏ, ਫਿਰ ਆਈ ਵਿਲ ਬੀ ਦੇਅਰ ਵਿਦ ਯੂ। ਬਟ ਕਈ ਵਾਰੀ ਤੁਸੀਂ ਬਹੁਤ ਕਮੈਂਟਸ ਪਾਉਂਦੇ ਹੋ, ਉਹ ਬਾਈ ਬੋਲ ਲੈ, ਬਾਈ ਤੂੰ ਇਸ ਮੁੱਦੇ ਤੋਂ ਨਹੀਂ ਬੋਲਿਆ, ਉਸ ਮੁੱਦੇ ਤੋਂ ਨਹੀਂ। ਬਾਈ ਹਰ ਵਾਰੀ ਇੱਕ ਵਾਰੀ ਥੋੜ੍ਹਾ ਦੇਖਤਾ ਲਓ ਨਾ, ਹਰ ਵਾਰੀ ਬੋਲੀ ਜਾਵਾਂਗੇ ਨਾ ਫਿਰ ਤੁਹਾਨੂੰ ਲੱਗੂਗਾ ਤੁਸੀਂ ਨਿਰਭਰ ਨਾ ਹੋ ਕਿਸੇ 'ਤੇ, ਆਪਣਾ ਦਿਮਾਗ ਲਾਉਂਦੇ ਰਹੋ। ਟਰਾਈ ਐਂਡ ਸਟੈਂਡ ਬਾਏ ਦ ਟਰੁੱਥ, ਸਪੀਕ ਦ ਟਰੁੱਥ। ਪਰਮਾਤਮਾ ਮਿਹਰ ਕਰੇ ਕਿ ਦਾਤਾ ਮੈਨੂੰ ਵੀ ਸ਼ਾਬਾਸ਼ ਦੇਈ ਜਾ, ਮੈਨੂੰ ਵੀ ਥੋੜ੍ਹਾ ਬਹੁਤ ਰਿਜ਼ਕ ਦੇ, ਥੋੜ੍ਹਾ ਬਹੁਤ ਇੰਨਾ ਕੁ ਯੋਗਾ ਕਰ ਦੇ ਕਿ ਬਸ ਇਹ ਥਿੜਕੇ ਨਾ ਜੱਸੀ ਜਸਰਾਜ, ਕੋਈ ਗਊ ਨਾ ਬਣਾਈ, ਉਹੀ ਬਣਾ ਕੇ ਰੱਖੀ ਆਪਣਾ ਚੜ੍ਹਦੀ ਕਲਾ ਵਾਲਾ ਸਰਦਾਰ। ਆਪ ਸਭ ਦੇ ਵਿਸ਼ਵਾਸ ਨਾਲ, ਪਿਆਰ ਨਾਲ ਚੜ੍ਹਦੀ ਕਲਾ 'ਚ ਹਾਂ ਅਤੇ ਚੜ੍ਹਦੀ ਕਲਾ 'ਚ ਰਹਾਂਗੇ। ਬਹੁਤ ਕੁਛ ਹੈ ਜੋ ਤੁਹਾਡੇ ਨਾਲ ਸ਼ੇਅਰ ਕਰਨ ਨੂੰ ਜੀ ਕਰਦਾ। ਇਸ ਟਾਈਮ ਵੀ ਹਾਲੇ ਵੀ ਕਈਆਂ ਦਾ ਮੈਂ ਕੈਰੈਕਟਰ ਦੇਖ ਰਿਹਾ ਜਿਨ੍ਹਾਂ ਨੂੰ ਤੁਸੀਂ ਹੀਰੋ ਸਮਝ ਰਹੇ ਹੋ। ਲੈਟ ਦੈਮ ਪ੍ਰੂਵ ਇਟ, ਮੇ ਬੀ ਆਈ ਵੁੱਡ ਬੀ ਰੋਂਗ ਇਫ ਆਈ ਯੂ ਨੋ ਸੇ ਐਨੀਥਿੰਗ ਐਟ ਦਿਸ ਮੂਮੈਂਟ, ਬਟ ਜੋ ਕਈ ਇਸ ਟਾਈਮ ਕੁਛ ਤੁਹਾਨੂੰ ਦਿਖਾ ਰਹੇ ਹੈ ਉਹ ਉਸ ਟਾਈਮ ਹੈ ਨਹੀਂ, ਉਹਦੇ 'ਚ ਉਨੀ ਸੱਚਾਈ ਹੈ ਨਹੀਂ ਜਿੰਨੀਆਂ ਤੁਹਾਨੂੰ ਲੱਗਦਾ ਹੋਣਾ ਵੀ ਵਾਹ ਵੀ ਵਾਹ ਬੱਲੇ ਵੀ ਬੱਲੇ। ਜਾਗਦੇ ਰਹੋ, ਸੁੱਤਿਆਂ ਦੇ ਘਰ ਡਾਕੇ ਪੈਂਦੇ ਆ, ਜਾਗਦਿਆਂ ਦੇ ਨਹੀਂ।
ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।